लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है। लोग जाने ही गीत है, लोग जाने ही गीत है। एक ओंकार, एक ओंकार, सतनाम, कर्ता पुरुष, कर्ता पुरुष, निर्भो, निर्भो, निर्वैर, निर्वैर, अकाल मूरत, अकाल मूरत, अजुनी, अजुनी, सैभम, सैभम, गुरुप्रसाद, गुरुप्रसाद, वाहे गुरु, 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 वाहे गुरु जी का खालसा, वाहे गुरु जी। अंग है 57, हुण तक 7 शब्द जुड़े सन, वह गुरु नानक पातशाह जी पढ़े गए ने। अगला शब्द है श्री राग बखंडा पहला, सुन मन भूले बावरे। ਹਾਂਜੀ, ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਮਹੱਲਾ ਪਹਿਲਾ, ਸੁਣ ਮਨ ਭੂਲੇ ਬਾਬਰੇ, ਸੁਣ ਮਨ ਭੂਲੇ ਬਾਬਰੇ, ਗੁਰ ਕੀ ਚਰਨੀ ਲਾਗ, ਗੁਰ ਕੀ ਚਰਨੀ ਲਾਗ, ਹਰ ਜਪ ਨਾਮ ਧਿਆਏ ਤੂੰ, ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁਖ ਭਾਗ, ਜਮ ਡਰ ਪੈ ਦੁਖ ਭਾਗ, ਦੂਖ ਘਣੋ ਦੁਹਾਗਣੀ, ਦੂਖ ਘਣੋ ਦੁਹਾਗਣੀ, ਕਿਉਂ ਥਰ ਰਹਿ ਸੁਹਾਗ, ਕਿਉਂ ਥਰ ਰਹਿ ਸੁਹਾਗ, ਭਾਈ ਰੇ, ਭਾਈ ਰੇ, ਅਵਰ ਨਾਹੀ ਮੈਂ ਥਾਉ, ਅਵਰ ਨਾਹੀ ਮੈਂ ਥਾਉ, ਮੈਂ ਤਨ ਨਾਮ ਨਿਧਾਨ ਹੈ, ਮੈਂ ਤਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਉ, ਗੁਰ ਦੀਆ ਬਲ ਜਾਉ, ਰਹਾਉ, ਰਹਾਉ, ਗੁਰਮਤ ਪਤ ਸਵਾਸ ਤਿਸ, ਗੁਰਮਤ ਪਤ ਸਵਾਸ ਤਿਸ, ਕਿਸਕੈ ਸੰਗ ਮਿਲਾਉ, ਕਿਸਕੈ ਸੰਗ ਮਿਲਾਉ, ਕਿਸ ਬਿਨ ਘੜੀ ਨਾ ਜੀਵੋ, ਕਿਸ ਬਿਨ ਘੜੀ ਨਾ ਜੀਵੋ, ਬਿਨ ਨਾਮੈ ਮਰ ਜਾਉ, ਬਿਨ ਨਾਮੈ ਮਰ ਜਾਉ, ਮੈਂ ਅੰਦਲੇ ਨਾਮ ਨਾ ਵਿਸਰੈ, ਮੈਂ ਅੰਦਲੇ ਨਾਮ ਨਾ ਵਿਸਰੈ, ਏਕ ਟਿਕੀ ਕਰ ਜਾਉ, ਏਕ ਟਿਕੀ ਕਰ ਜਾਉ, ਗੁਰੂ ਜਿਨਾ ਕਾ ਅੰਦਲਾ, ਗੁਰੂ ਜਿਨਾ ਕਾ ਅੰਦਲਾ, ਚੇਤੇ ਚੇਲੇ ਨਾਹੀ ਠਾਉ, ਚੇਲੇ ਨਾਹੀ ਠਾਉ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਮੈ ਕਿਆ ਸੁਆਉ, ਬਿਨ ਨਾਮੈ ਕਿਆ ਸੁਆਉ, ਆਏ ਗਿਆ ਪਛਤਾਵਣਾ, ਆਏ ਗਿਆ ਪਛਤਾਵਣਾ, ਜਿਉਂ ਸੁੰਜੈ ਕਰ ਕਾਉ, ਜਿਉਂ ਸੁੰਜੈ ਕਰ ਕਾਉ,
ਬਿਨ ਨਾਮੈ ਦੁਖ ਦੇਹਰੀ ਜੋ ਕਲਰ ਕੀ ਪੀਤ ਜਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨ ਚੀਤ ਸ਼ਬਦ ਰਪੈ ਕਰ ਪਾਈਐ ਨਿਰਵਾਣੀ ਪਦ ਨੀਤ ਓ ਗੁਰ ਪੁੱਛੋ ਆਪਣੇ ਗੁਰਪੁਸ਼ਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਓਮੈ ਦੁਖ ਜਲ ਜਾਉ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਸਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਨ ਸਦ ਸਦਾ ਹਰ ਆਖੈ ਉਰਤਾਰ ਸੋਕੋ ਮਨੋ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹੈ ਮਰੈ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈਐ ਹਰ ਨਾਮੈ ਲਗੈ ਪਿਆਰ ਬਿਨ ਸ਼ਬਦ ਜਗ ਭੂਲਾ ਫਿਰੈ ਮਰ ਜਨਮੈ ਬਾਰੋ ਬਾਰ ਸਭ ਸਲਾਹੈ ਆਪ ਕੋ ਬੜੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਹੋਏ ਨਾਨਕ ਸ਼ਬਦ ਪਛਾਣੀਐ ਓਮੈ ਕਰੇ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੁੱਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰਪੈ ਦੁੱਖ ਭਾਗ ਇੱਥੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਨ ਨੂੰ ਸੰਬੋਧਨ ਹੋ ਕੇ ਕਿ ਮਨਾ ਗੱਲਾਂ ਬਾਤਾਂ ਨਾਲ ਕੁਝ ਨਹੀਂ ਮਿਲਣਾ ਕਿਉਂਕਿ ਮਾਰਗ ਤੇ ਪਹੁੰਚਣ ਲਈ ਮੰਜ਼ਿਲ ਤੇ ਪਹੁੰਚਣ ਲਈ ਉਸ ਮੰਜ਼ਿਲ ਨੂੰ ਤੈਅ ਕਰਨਾ ਪਏਗਾ ਇਨ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਬਦਲਾਅ ਲਿਆਉਣੇ ਪੈਣਗੇ ਬਦਲਣਾ ਪਏਗਾ ਛੱਡਣਾ ਪਏਗਾ ਵਿਕਾਰਾਂ ਨੂੰ ਰਾਹ ਚੇਂਜ ਕਰਨਾ ਪਏਗਾ ਜੀਵਨ ਦੀ ਸ਼ੈਲੀ ਚੇਂਜ ਕਰਨੀ ਪਏਗੀ ਇੱਥੇ ਮਹਾਰਾਜ ਮਨ ਨੂੰ ਸੰਬੋਧਨ ਨੇ ਕਿ ਸੁਣ ਮਨ ਭੁੱਲੇ ਭੁੱਲ ਚੁੱਕੇ ਹਾਂ ਬਾਬਰਾ ਨਾ ਹੋ ਚੱਲਾ ਨਾ ਹੋਇਆ ਫਿਰ ਗੁਰ ਕੀ ਚਰਣੀ ਲਾਗ ਤੂੰ ਗੁਰੂ ਦੇ ਦੱਸੇ ਮਾਰਗ ਤੇ ਤੁਰ ਇਸ ਮਾਰਗ ਤੇ ਨਾ ਲੱਗ ਜਾ ਹਰ ਜਪ ਨਾਮ ਧਿਆਏ ਤੂੰ ਕੀ ਹੈ ਮਾਰਗ ਹਜੇ ਨਾਮ ਨੂੰ ਜਪਣਾ ਕਰ ਤੇ ਹਿਰਦੇ ਤੋਂ ਅੰਦਰੋਂ ਨਾਮ ਨੂੰ ਧਿਆਉਣਾ ਕਰ ਜਮ ਡਰਪੈ ਦੁੱਖ ਭਾਗ ਇਹ ਮੌਤ ਵੀ ਤੇਰੇ ਤੋਂ ਡਰੇਗੀ ਤੇਰੇ ਜਿਹੜੇ ਅੰਦਰਲੇ ਦੁੱਖ ਨੇ ਨਾ ਵਿਛੋੜੇ ਦੇ ਬਹੁਤ ਪਏ ਹੋਏ ਇਹ ਦੁੱਖ ਸਾਰੇ ਭੱਜ ਜਾਣਗੇ ਚਲੇ ਜਾਣਗੇ ਦੂ ਕਣੋ ਦੁਹਾਗਣੀ ਕਿਉਂ ਸਿਰ ਰਹਿ ਸੁਹਾਗ ਕਿਉਂਕਿ ਦੁੱਖ ਦੁਹਾਗਣਾ ਨੂੰ ਨੇ ਜਿਹੜੇ ਮਨਮੁੱਖ ਨੇ ਛੁੱਟੜ ਹੋਏ ਹੋਏ ਨੇ ਉਸ ਮਾਲਕ ਵੱਲੋਂ ਉਹਨਾਂ ਨੂੰ ਇਹ ਦੁੱਖ ਲੱਗਦੇ ਨੇ ਉਹਨਾਂ ਦਾ ਸੁਹਾਗ ਉਹਨਾਂ ਦਾ ਇਹ
ਸਥਿਰਤਾ ਕਿਵੇਂ ਰਹਿ ਸਕਦੀ ਹੈ, ਕਿਉਂਕਿ ਵਿਛੋੜੇ ਦਾ ਦੁੱਖ ਉਹਨਾਂ ਉੱਪਰ ਬਣਿਆ ਹੋਇਆ। ਇਸ ਕਰਕੇ ਤੂੰ ਗੁਰੂ ਦੀ ਚਰਨੀ ਲੱਗ, ਨਾਮ ਧਿਆ ਤੇ ਨਾਮ ਨੂੰ ਜਪਣਾ ਕਰ। ਭਾਈ ਰੇ ਅਬਰ ਨਾਹੀ ਮੈਂ ਖਾਓ, ਇਹ ਭਾਈ ਮੇਰਾ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਥਾਂ ਟਿਕਾਣਾ ਨਹੀਂ। ਮੈਂ ਤਰ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ, ਮੈਂ ਧਨ ਨਾਮ ਨਿਧਾਨ ਹੈ, ਮੇਰੇ ਕੋਲੇ ਧਨ ਹੈ, ਨਾਮ ਦਾ ਖਜ਼ਾਨਾ ਕਿੱਥੋਂ ਪ੍ਰਾਪਤ ਹੋਇਆ, ਗੁਰ ਦੀਆ, ਗੁਰੂ ਦੁਆਰਾ ਮੈਨੂੰ ਦਿੱਤਾ ਗਿਆ। ਮੈਂ ਸਦਕੇ ਜਾਣਾ ਬਲਿਹਾਰ ਜਾਣਾ ਆਪਣੇ ਗੁਰੂ ਤੋਂ, ਜਿਹਨੇ ਮੈਨੂੰ ਇਹ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ। ਰਹਾਉ ਗੁਰਮਤ ਪਤ ਸਵਾਸ ਤਿਸ, ਤਿਸ ਕੈ ਸੰਗ ਮਿਲਾਓ। ਗੁਰੂ ਦੀ ਵਾਹ ਕਹਿੰਦੇ ਗੁਰਮਤ ਪਤ ਸਵਾਸ ਤਿਸ, ਗੁਰੂ ਦੀ ਮਤ ਦੁਆਰਾ ਮੈਨੂੰ ਉਸ ਮਾਲਕ ਤੋਂ ਸ਼ਾਬਾਸ਼ ਮਿਲੀ, ਇੱਜ਼ਤ ਮਿਲੀ, ਮਾਨ ਮਿਲਿਆ। ਤਿਸ ਕੈ ਸੰਗ ਮਿਲਾਓ, ਮੈਂ ਆਪਣੇ ਆਪ ਨੂੰ ਗੁਰੂ ਦੀ ਮਤ ਨਾਲ ਮਿਲਾ ਲਵਾਂ, ਜੁੜ ਲਵਾਂ, ਗੁਰੂ ਨਾਲ ਜੁੜ ਜਾਵਾਂ। ਤਿਸ ਬਿਨ ਘੜੀ ਨਾ ਜੀਵਾਂ, ਬਿਨ ਨਾਮੈ ਮਰ ਜਾਓ। ਮੈਂ ਆਪਣੇ ਗੁਰੂ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਜਾਉਂਦਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਇਹ ਅਵਸਥਾ ਬਣ ਗਈ, ਮੈਂ ਅੰਧਲੇ ਨਾਮ ਨਾ ਵਿਸਰੈ ਟੇਕ ਟਿੱਕੀ ਘਰ ਜਾਓ। ਮੈਂ ਅੰਧਲੇ, ਕਿਉਂਕਿ ਗਿਆਨ ਤੋਂ ਬਿਨਾਂ ਸੀ, ਅੰਨਾ ਸੀ, ਨਾਮ ਨਾ ਵਿਸਰੈ ਟੇਕ ਟਿੱਕੀ, ਹੁਣ ਉਹਦੇ ਆਸਰੇ ਟਿੱਕ ਗਿਆ, ਇਹ ਮਨ ਰੁਕ ਗਿਆ। ਘਰ ਜਾਓ, ਆਪਣੇ ਨਿੱਜ ਘਰ ਵਿੱਚ ਚਲਾ ਜਾਂਦਾ ਹਾਂ, ਆਪਣੇ ਟਿਕਾਓ ਵਿੱਚ ਚਲਾ ਜਾਂਦਾ ਹਾਂ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀਂ ਠਾਓ। ਹੁਣ ਪਾਤਸ਼ਾਹ ਉਹਨਾਂ ਲੋਕਾਂ ਦੀ ਵੀ ਗੱਲ ਕਰਦੇ ਨੇ ਜਿਨ੍ਹਾਂ ਦਾ ਗੁਰੂ ਹੀ ਉਹਨਾਂ, ਕਹਿੰਦੇ ਚੇਲਿਆਂ ਨੂੰ ਕਿਤੇ ਖਾਣਾ ਮਿਲਿਆ। ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਮੈ ਕਿਆ ਸੁਆਉ। ਬਿਨ ਸਤਿਗੁਰ ਨਾਉ ਨਾ ਪਾਈਐ, ਸਤਿਗੁਰ ਸੱਚ ਦੇ ਗਿਆਨ ਦੁਆਰਾ ਉਸ ਪਰਮਾਤਮਾ ਨੂੰ ਮਿਲਣ ਲਈ ਉਸ ਰਸਤਾ ਜਿਹੜਾ ਹੈ, ਗੁਰ ਗੁਰਮੀਨ ਨੁਕਤਾ ਸਹੀ ਮਨ ਵਿੱਚ ਗਿਆਨ, ਉਹਦੇ ਬਿਨਾਂ ਇਹ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਪੰਜਵੇਂ ਬਿਨ ਨਾਮ ਹੈ ਕਿਆ ਸਵਾਉ, ਤੇ ਨਾਮ ਤੋਂ ਬਿਨਾਂ ਇਹ ਜ਼ਿੰਦਗੀ ਦਾ ਫਿਰ ਮਨੋਰਥ ਕੀ ਹੈ ਆਉਣ ਦਾ। ਨਾਮ ਤੋਂ ਬਿਨਾਂ ਸਾਡਾ ਮਨੋਰਥ ਹੀ ਕੋਈ ਨਹੀਂ, ਅਸੀਂ ਕਿਉਂ ਆਏ ਹਾਂ, ਕਾਹਦੇ ਵਾਸਤੇ ਆਏ ਹਾਂ। ਆਏ ਗਿਆ ਪਛਤਾਵਣਾ ਹਾਂ, ਜਿਉਂ ਸੁਣੇ ਘਰ ਕਾਓ। ਹਾਂ, ਇੱਥੇ ਆਏ ਚਲੇ ਗਏ, ਪਛਤਾਵਾ ਲੈ ਕੇ ਗਏ, ਉਹ ਅਸੀਂ ਤੇ ਸੰਸਾਰ ਵਿੱਚ ਐਂ ਆ ਕੇ ਚਲਿਆ ਗਿਆ ਮਨਮੁੱਖ ਤੇ, ਜਿਸ ਤਰ੍ਹਾਂ ਸੁਣੇ ਘਰ ਵਿੱਚ ਕਾਂ ਆ ਕੇ ਕਾਂ ਪਾ ਕੇ ਚਲਾ ਜਾਂਦਾ, ਉਹਨੂੰ ਕੁਝ ਨਹੀਂ ਮਿਲਦਾ, ਘਰ ਵਿੱਚ ਹੁੰਦਾ ਹੀ ਨਹੀਂ ਕੋਈ, ਕਿਉਂਕਿ ਅਸੀਂ ਆਪਣੇ ਘਰ ਵਿੱਚ ਕਿਤੇ ਗਏ ਹੀ ਨਹੀਂ ਅੰਦਰ। ਇਹ ਗੱਲ ਮਹਾਰਾਜ ਉਹਨਾਂ ਲੋਕਾਂ ਨੇ ਕਰਦੇ ਪਏ ਨੇ ਜਿਹੜੇ ਮਨਮੁੱਖ ਨੇ। ਬਿਨ ਨਾਮ ਹੈ ਦੁੱਖ ਦੇ ਹਰੀ, ਜਿਉਂ ਕਲਰ ਕੀ ਭੀਤ। ਨਾਮ ਤੋਂ ਬਿਨਾਂ ਦੇਹੀ ਨੂੰ ਦੁੱਖ ਇਸ ਤਰ੍ਹਾਂ ਲੱਗ ਜਾਂਦੇ ਨੇ ਜਿਵੇਂ ਕੰਧ ਨੂੰ ਕਲਰ ਲੱਗਿਆ ਹੁੰਦਾ ਹੈ, ਉਹ ਫਿਰ ਟਿਕਦੀ ਟਿਕਦੀ ਢਹਿ ਜਾਂਦੀ ਹੈ। ਤਬ ਲੱਗ ਮਹਿਲ ਨਾ ਪਾਈਐ, ਜਬ ਲੱਗ ਸਾਚ ਨਾ ਚੀਤ। ਜਦੋਂ ਤੱਕ ਸਾਚ ਨਾ ਚੀਤ, ਉਹ ਸੱਚਾ ਸਾਡੇ ਚਿੱਤ ਵਿੱਚ ਨਹੀਂ, ਸਾਡੀ ਚੇਤਨਤਾ ਵਿੱਚ ਨਹੀਂ, ਤਦ ਤੱਕ ਮਹਿਲ ਪ੍ਰਾਪਤ ਨਹੀਂ ਹੋ ਸਕਦਾ, ਉਹਦਾ ਟਿਕਾਣਾ ਪ੍ਰਾਪਤ ਨਹੀਂ ਹੋ ਸਕਦਾ, ਉਹ ਦਸਮ ਦੁਆਰ ਨਿੱਜ ਕਰ ਚੌਥਾ ਪਦ ਪ੍ਰਾਪਤ ਹੋ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਸ਼ਬਦ ਰਪੈ ਘਰ ਪਾਈਐ, ਨਿਰਵਾਣੀ ਪਦ ਨੀਤ। ਸ਼ਬਦ ਰਪੈ, ਸ਼ਬਦ ਦੁਆਰਾ ਰਪੈ ਰੱਤਿਆ ਹੋਇਆ, ਉਹਦੇ ਨਾਮ ਵਿੱਚ ਰੱਤਾ ਭਿੱਜਾ। ਸ਼ਬਦ ਰਪੈ ਘਰ ਪਾਈਐ, ਉਹ ਘਰ
ਸੋ ਦਰ ਸੋ ਕਹਾਣੀ ਦੀ ਮਹਾਰਾਜ ਗੱਲ ਕਰ ਆਏ ਨੇ ਪਿੱਛੇ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਪੈ ਸਰਬ ਸੰਭਾਲੇ। ਉਸ ਘਰ ਦੀ ਪ੍ਰਾਪਤੀ ਮਹਾਰਾਜ ਨੇ ਤਾਂ ਹੀ ਹੋ ਸਕਦੀ ਹੈ ਜਦੋਂ ਗੁਰੂ ਦੇ ਸ਼ਬਦ ਦੁਆਰਾ ਮਨ ਭੇਜ ਜਾਂਦਾ ਹੈ। ਨਿਰਵਾਣੀ ਪਦ ਨੀਤ ਤੇ ਮਹਾਰਾਜ ਕਹਿੰਦੇ ਇਹ ਪਦ ਮੋਖ ਪ੍ਰਾਪਤ ਨਿਰਵਾਣ ਪਦ ਮੋਕਸ਼ ਪਦ ਨੂੰ ਕਹਿੰਦੇ ਹਾਂ ਅਸੀਂ। ਨਿਰਵਾਣ ਪਦ ਹੈ ਜਿੱਥੇ ਮਨ ਦੇ ਪੁਰਨੇ ਖਤਮ ਹੋ ਗਏ, ਜਾ ਕੇ ਮਨ ਮੁਕਤ ਹੋ ਗਿਆ ਹਰ ਚੀਜ਼ ਤੋਂ। ਉਹ ਨਿਤ ਹਰ ਰੋਜ਼ ਉਸ ਅਵਸਥਾ ਵਿੱਚ ਰਹਿੰਦੇ ਨੇ। ਹਉ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਓ। ਹੁਣ ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਤੋਂ ਪੁੱਛਦਾ, ਆਪਣੇ ਗੁਰੂ ਨੂੰ ਪੁੱਛ ਕੇ ਮੈਂ ਕਾਰ ਕਰਦਾ। ਤੇ ਅਸੀਂ ਪੁੱਛਿਆ ਲੈਣਾ ਕੋਲ ਪੁੱਛ ਕੇ ਕਾਰ ਕਰਦੇ ਹਾਂ ਵੀ ਕਿਵੇਂ ਕੰਮ ਕਰੀਏ ਜੀ। ਅਸੀਂ ਪੱਤਰੀਆਂ ਵਾਚਣ ਕੋਲ ਚਲੇ ਜਾਂਦੇ, ਕਹਿੰਦੇ ਮੈਂ ਤੇ ਆਪਣੇ ਮੈਂ ਆਪਣਾ ਗੁਰਪੁੱਛ ਦੇਖਿਆ ਅਵਰ ਨਾ ਹੀ ਠਾਓ। ਆਪਣੇ ਗੁਰੂ ਨੂੰ ਪੁੱਛਿਆ ਮੈਂ ਮੈਨੂੰ ਕੀ ਕਰਾਂ। ਰਾਮ ਸਿਮਰ ਇਹੋ ਤੇਰੇ ਕਾਜ ਹੈ। ਮਹਾਰਾਜ ਦੱਸਦੇ ਪਏ ਨੇ ਕਿ ਇਹ ਕਾਜ ਹੀ ਤੇਰਾ ਇਹੀ ਹੈ ਸਹੀ ਮਾਇਨੇ ਵਿੱਚ। ਤੇ ਮਹਾਰਾਜ ਕਹਿੰਦੇ ਹਉ ਗੁਰ ਪੁੱਛੋ ਆਪਣੇ ਗੁਰਪੁੱਛ ਕਾਰ ਕਮਾਓ। ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁੱਖ ਜਲ ਜਾਓ। ਸ਼ਬਦ ਸਲਾਹੀ ਗੁਰੂ ਦੇ ਸ਼ਬਦ ਦੁਆਰਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਕਰ। ਮਨ ਵਸੈ ਤੇਰੇ ਮਨ ਚ ਵਸ ਜਾਏਗਾ। ਹਉ ਮੈਂ ਦੁੱਖ ਜਲ ਜਾਓ ਇਹ ਹਉਮੇ ਦਾ ਦੁੱਖ ਵੀ ਤੇਰਾ ਜਲ ਜਾਏਗਾ। ਕਿਉਂਕਿ ਸਭ ਤੋਂ ਵੱਡਾ ਦੁੱਖ ਹਉਮੈ ਰੋਗ ਮਨੁੱਖ ਕੋ ਦੀਨਾ, ਇਹ ਬਹੁਤ ਦੁਖਦਾਈ ਰੋਗ ਹੈ ਹਉਮੇ ਦਾ। ਸਹਿਜੇ ਹੋਏ ਮਿਲਾਵੜਾ ਸਾਚੇ ਸਾਖ ਮਿਲਾਓ। ਇਸ ਤਰ੍ਹਾਂ ਜਪਦਿਆਂ ਹੋਇਆਂ ਸਹਿਜੇ ਸੁਭਾਵਕ ਹੀ ਤੇਰਾ ਉਸ ਮਾਲਕ ਨਾਲ ਮਿਲਾਪ ਹੋ ਜਾਏਗਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਚੇ ਸਾਚ ਮਿਲਾਓ, ਤੂੰ ਉਹ ਸੱਚੇ ਨੂੰ ਸੱਚ ਦੁਆਰਾ ਮਿਲ ਜਾਏਗਾ। ਸੱਚਿਆਰ ਜੀਵਨ ਜਦੋਂ ਤੇਰਾ ਹੋ ਜਾਏਗਾ ਉਦੋਂ ਉਸ ਮਾਲਕ ਨੂੰ ਉਸ ਪ੍ਰਭੂ ਨੂੰ ਤੂੰ ਮਿਲ ਲਵੇਗਾ। ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ। ਜਿਹੜੇ ਸ਼ਬਦ ਦੁਆਰਾ ਭਿੱਜੇ ਹੋਏ ਨੇ ਰੱਤੇ ਹੋਏ ਨੇ ਉਸ ਮਾਲਕ ਦੇ ਰੰਗ ਵਿੱਚ ਪ੍ਰੇਮ ਵਿੱਚ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੇ ਨਿਰਮਲੇ ਉਹ ਨਿਰਮਲ ਨੇ ਪਵਿੱਤਰ ਨੇ। ਤਜ ਕਾਮ ਕ੍ਰੋਧ ਅਹੰਕਾਰ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਕਾਮ ਕ੍ਰੋਧ ਤੇ ਅਹੰਕਾਰ ਨੂੰ ਤਜ ਦਿੱਤਾ, ਛੱਡ ਦਿੱਤਾ, ਤਿਆਗ ਦਿੱਤਾ। ਨਾਮ ਸਲਾਨ ਸਦ ਸਦਾ ਹਰ ਰਾਖੈ ਉਰਧਾਰ। ਉਹਨਾਂ ਦੀ ਰਹਿਣੀ ਬਹਿਣੀ ਕਿਹੋ ਜਿਹੀ ਹੈ? ਉਹ ਸਦਾ ਹੀ ਉਸ ਪਰਮਾਤਮਾ ਨਾਮ ਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ ਤੇ ਉਸ ਹਰੀ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਨੇ, ਭਾਵ ਹਿਰਦੇ ਤੋਂ ਅੰਦਰੋਂ ਉਹਨੂੰ ਹਮੇਸ਼ਾ ਚਿਤ ਵਧੇ ਰਹਿੰਦੇ ਨੇ। ਸੋ ਕਿਉਂ ਮਨੋ ਵਿਸਾਰੀ ਹੈ ਸਭ ਜੀਆਂ ਕਾ ਆਧਾਰ। ਤੇ ਮੈਂ ਕਹਿੰਦਾ ਫਿਰ ਕਿਵੇਂ ਵਿਸਾਰੀ ਹੈ ਸੋਨੂੰ? ਉਹ ਸਾਰੇ ਜੀਵਾਂ ਦਾ ਆਸਰਾ ਹੈ, ਸਾਰੇ ਸੰਸਾਰ ਦਾ ਆਸਰਾ ਹੈ, ਅਸੀਂ ਕਿਉਂ ਵਿਸਾਰੀਏ ਉਹਨੂੰ? ਫਿਰ ਸ਼ਬਦ ਮਰੈ ਸੋ ਮਰ ਰਹੇ ਫਿਰ ਮਰੈ ਨਾ ਦੂਜੀ ਵਾਰ। ਹਾਂ ਜਿਹੜੇ ਸ਼ਬਦ ਦੁਆਰਾ ਜਿਹਨੇ ਆਪਣੀ ਹਉਮੇ ਮਾਰ ਲਈ ਕਹਿੰਦੇ ਉਹ ਫਿਰ ਵਾਰ ਵਾਰ ਨਹੀਂ ਮਰਦੇ, ਕਿਉਂਕਿ ਜਿਹੜੇ ਬੇਗੈਰਤ ਲੋਕ ਨੇ ਉਹ ਦਿਹਾੜੀ ਚ ਕਈ ਵਾਰ ਮਰਦੇ ਨੇ। ਜਿਹੜੇ ਨਾਮ ਨਾਲ ਜੁੜੇ ਹੋਏ ਨੇ ਉਹ ਇੱਕੋ ਵਾਰੀ ਮੰਗ ਕਰਕੇ ਮਰੇ ਤੇ ਮੁੜ ਕੇ ਫਿਰ ਉਹਨਾਂ ਦਾ ਮਰਨਾ ਨਹੀਂ ਹੋਇਆ। ਸ਼ਬਦ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ। ਇਹ ਅਵਸਥਾ ਗੁਰੂ ਦੇ ਸ਼ਬਦਾਂ ਤੋਂ ਉਹਦੇ ਤੋਂ ਮਿਲੇਗੀ। ਉਸ ਨਾਮ ਦਾ ਪਿਆਰ ਵੀ ਪਾਤਸ਼ਾਹ ਨੇ ਇਸ ਸ਼ਬਦ ਨਾਲ ਹੀ ਜੁੜਦਾ ਹੈ। ਜਦ ਤੱਕ ਅਸੀਂ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੇ, ਬਾਣੀ ਨਾਲ ਨਹੀਂ ਜੁੜਦੇ, ਤਦ ਤੱਕ ਇਹ ਮਨ ਉਹਦੇ ਪਿਆਰ ਵਿੱਚ ਨਹੀਂ ਭਿੱਜਦਾ। ਬਿਨ ਸ਼ਬਦ ਹੈ ਜਗ ਭੁੱਲਾ ਫਿਰੈ।
ਦੇਖੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸ਼ਬਦ ਤੋਂ ਬਿਨਾਂ, ਬਿਨ ਸ਼ਬਦ ਹੈ ਗੁਰੂ ਦੇ ਉਪਦੇਸ਼ਾਂ ਤੋਂ ਬਿਨਾਂ ਇਹ ਸੰਸਾਰ ਭੁੱਲਿਆ ਫਿਰਦਾ ਹੈ। ਮਰ ਜਨਮੇ ਵਾਰੋ ਵਾਰ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਜਾਂਦੇ ਨੇ। ਸਭ ਸਲਾਹੈ ਆਪ ਕੋ ਵਡੋ ਵਡੇਰੀ ਹੋਏ। ਹੁਣ ਪਾਤਸ਼ਾਹ ਇੱਥੇ ਗੱਲ ਅਗਲੀ ਕਰ ਸਕਦੇ ਨੇ, ਕਿਉਂਕਿ ਅੱਠਵਾਂ ਬੰਦ ਹੈ, ਇੱਥੇ ਮਾਰੇ ਨੇ ਫੈਸਲਾ ਦਿੰਦੇ ਨੇ। ਜੋ ਬੰਦੇ ਨਾਮ ਨਾਲ ਜੁੜੇ, ਕਹਿਣ ਲੱਗ ਪਏ, ਸਿਮਰਨ ਕਰਨ ਲੱਗ ਪਏ, ਚੰਗੀ ਗੱਲ ਹੈ, ਪਰ ਉੱਥੇ ਆ ਕੇ ਸਿਫਤ ਫਿਰ ਆਪਣੀ ਕਰਾਉਣੀ ਸ਼ੁਰੂ ਕਰ ਦਿੰਦੇ। ਮੈਂ ਕਹਿੰਦੇ ਸਭ ਸਲਾਹ ਹੈ ਆਪ ਕਹੋ, ਆਪਣੇ ਆਪ ਨੂੰ ਸਿਫਤ ਸੁਣਾਉਣ, ਵੱਡੋ ਵਡੇਰੀ ਹੋਏ, ਵੱਡੇ ਖਵਾਉਣ ਲੱਗ ਪਏ, ਆਪਣੀ ਵਡਿਆਈ ਨੂੰ ਵਡੇਰਾ ਕਰਨ ਲੱਗ ਪਏ। ਗੁਰਬਿਨ ਆਪ ਨਾ ਚੀਨੀ ਹੈ, ਕਹੇ ਸੁਣੇ ਕਿਆ ਹੋਏ। ਇਕੱਲੇ ਕਹਿਣ ਸੁਣਨ ਨਾਲ ਕੀ ਬਣੇਗਾ, ਕਿਉਂਕਿ ਗੁਰਬਿਨ, ਗੁਰ ਹੁੰਦਾ ਗਿਆਨ, ਨੁਕਤਾ, ਜਦ ਤੱਕ ਉਸ ਨੁਕਤੇ ਨੂੰ ਨਹੀਂ ਸਮਝਿਆ, ਆਪ ਗਵਾਈ ਹੈ ਤਾਂ ਸ਼ੋਭਾਈ ਹੈ ਔਰ ਕੈਸੀ ਚਤੁਰਾਈ। ਮਹਾਰਾਜ ਕੀਤੀ ਗੱਲ ਸਾਨੂੰ ਕਿ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਖੋਜਦੇ, ਤਦ ਤੱਕ ਅਸੀਂ ਉਹ ਸੱਚ ਤੱਕ ਨਹੀਂ ਪਹੁੰਚ ਸਕਦੇ। ਤੇ ਮਹਾਰਾਜ ਕਹਿੰਦੇ ਬਿਨ ਗੁਰ ਆਪ ਨਾ ਚੀਨੀ ਹੈ, ਗੁਰੂ ਤੋਂ ਬਿਨਾਂ ਆਪਣੇ ਆਪ ਨੂੰ ਨਹੀਂ ਖੋਜਿਆ ਜਾ ਸਕਦਾ। ਕਹੇ ਸੁਣੇ ਕਿਆ ਹੋਏ, ਨਾਨਕ ਸ਼ਬਦ ਪਛਾਣੀ ਹੈ। ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੇ ਸ਼ਬਦ ਦੁਆਰਾ ਹੀ ਉਹਨੂੰ ਪਛਾਣਿਆ ਜਾ ਸਕਦਾ। ਹਉਮੈ ਕਰੇ ਨਾ ਕੋਏ, ਜਿਨ੍ਹਾਂ ਨੇ ਪਛਾਣ ਲਿਆ ਉਹਨਾਂ ਦੀ ਹਉਮੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹਉਮੈ ਜੇ ਬੁਝੈ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ, ਉਦੋਂ ਫਿਰ ਹਉਮੈ ਨਹੀਂ। ਜਿਹੜੇ ਹੁਕਮ ਨੂੰ ਬੁਝ ਲਿਆ, ਸਮਝ ਲਿਆ, ਜਾਣ ਲਿਆ ਸ਼ਬਦ ਦੁਆਰਾ, ਉਹ ਫਿਰ ਇਹ ਹਉਮੈ ਨਹੀਂ ਕਹਿਣਗੇ ਉਹਨਾਂ ਦੇ, ਕਿਉਂਕਿ ਹਉਮੈ ਨਾਮ ਹੈ, ਨਾਲ ਵਿਰੋਧ ਹੈ, ਦੋਏ ਦਾ ਵਸਾ ਹੈ ਇਕਠਾਏ। ਜੇ ਨਾਮ ਵਸਦਾ ਤਾਂ ਹਉਮੈ ਨਹੀਂ ਰਹੇਗੀ, ਜੇ ਹਉਮੈ ਵਸੀਏ ਤੇ ਨਾਮ ਰਹੇਗਾ। ਹਾਂਜੀ, ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਧਨ ਸ਼ਿੰਗਾਰੀਐ, ਬਿਨ ਪਿਰ ਧਨ ਸ਼ਿੰਗਾਰੀਐ, ਜੋਬਨ ਵਾਰ ਖੁਆਰ, ਜੋਬਨ ਵਾਰ ਖੁਆਰ, ਨਾ ਮਾਣੇ ਸੁਖ ਸੇਜੜੀ, ਨਾ ਮਾਣੇ ਸੁਖ ਸੇਜੜੀ, ਬਿਨ ਪਿਰ ਬਾਦ ਸ਼ਿੰਗਾਰ, ਬਿਨ ਪਿਰ ਬਾਦ ਸ਼ਿੰਗਾਰ, ਦੁਖ ਕਣੋ ਦੋ ਹਾਗਣੀ, ਦੁਖ ਕਣੋ ਦੋ ਹਾਗਣੀ, ਨਾ ਕਰ ਸੇਜ ਪਤਾਰ, ਨਾ ਕਰ ਸੇਜ ਪਤਾਰ, ਮਨ ਰੇ ਮਨ ਰੇ, ਰਾਮ ਜਪੂਤ ਕੋ ਹੋਏ, ਰਾਮ ਜਪੂਤ ਕੋ ਹੋਏ, ਬਿਨ ਗੁਰ ਪ੍ਰੇਮ ਨਾ ਪਾਈਐ, ਬਿਨ ਗੁਰ ਪ੍ਰੇਮ ਨਾ ਪਾਈਐ, ਸ਼ਬਦ ਮਿਲੈ ਰੰਗ ਹੋਏ, ਸ਼ਬਦ ਮਿਲੈ ਰੰਗ ਹੋਏ, ਰਹਾਉ ਰਹਾਉ, ਗੁਰ ਸੇਵਾ ਸੁਖ ਪਾਈਐ, ਗੁਰ ਸੇਵਾ ਸੁਖ ਪਾਈਐ, ਹਰ ਵਰ ਸਹਿਜ ਸ਼ਿੰਗਾਰ, ਹਰ ਵਰ ਸਹਿਜ ਸ਼ਿੰਗਾਰ, ਸੱਚ ਮਾਣੇ ਪਿਰ ਸੇਜੜੀ, ਸੱਚ ਮਾਣੇ ਪਿਰ ਸੇਜੜੀ, ਕੂੜਾ ਹੇਤ ਪਿਆਰ, ਕੂੜਾ ਹੇਤ ਪਿਆਰ, ਗੁਰਮੁਖ ਜਾਣ ਸਜਾਣੀਐ, ਗੁਰਮੁਖ ਜਾਣ ਸਜਾਣੀਐ, ਗੁਰਮੇਰੀ ਗੁਣ ਚਾਰ, ਗੁਰਮੇਰੀ ਗੁਣ ਚਾਰ, ਸੱਚ ਮਿਲੋ ਵਰ ਕਾਮਣੀ, ਸੱਚ ਮਿਲੋ ਵਰ ਕਾਮਣੀ, ਫਿਰ ਮੋਹੀ ਰੰਗ ਲਾਏ, ਫਿਰ ਮੋਹੀ ਰੰਗ ਲਾਏ, ਤਨ ਮਨ ਸਾਜ ਵਿਗਸਿਆ, ਮਨ ਮਨ ਸਾਜ ਵਿਗਸਿਆ, ਮਨ ਤਨ ਸਾਜ ਵਿਗਸਿਆ, ਮਨ ਤਨ ਸਾਜ ਵਿਗਸਿਆ, ਕੀਮਤ ਕਹਿਣ ਨਾ ਜਾਏ, ਕੀਮਤ ਕਹਿਣ ਨਾ ਜਾਏ, ਹਰ ਵਰ ਘਰ ਸੁਹਾਗਣੀ, ਹਰ ਵਰ ਘਰ ਸੁਹਾਗਣੀ, ਨਿਰਮਲ ਸਾਚੈ ਨਾਏ, ਨਿਰਮਲ ਸਾਚੈ ਨਾਏ,
ਮਰ ਮੈਂ ਮਨੁਆ ਜੇ ਮਰ ਤਾਂ ਫਿਰ ਰਾਵੇ ਨਾਰ ਰਲ ਮਿਲੇ ਬਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣ ਰਵਰ ਹੈ ਨਾ ਤਿਸ ਕਾਲ ਸੰਤਾਈ ਸਾਹਿਬ ਉਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਵਪਾਰੀ ਬਵਣ ਜਾ ਰਿਹਾ ਆਏ ਵਜੋ ਲਿਖਾਏ ਕਾਮ ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਈ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰਾ ਪੂਰਾ ਤੋਲ ਕਹਿਣ ਨਾ ਛੁੱਟੀ ਹੈ ਨਾ ਪੜ੍ਹ ਪੁਸਤਕ ਭਾਰ ਆਇਆ ਸੋਚ ਨਾ ਪਾਈ ਹੈ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿੰਗਾਰੀ ਹੈ ਜੋਗਣ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿੰਗਾਰ ਇੱਥੇ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਸਪਸ਼ਟ ਕੀਤੀ ਕਿ ਔਰਤ ਭਾਵੇਂ ਜਿੰਨਾ ਮਰਜ਼ੀ ਸ਼ਿੰਗਾਰ ਕਰੇ ਉਦਾਹਰਣ ਦੇ ਕੇ ਸਮਝਾਉਂਦੇ ਨੇ ਮਹਾਰਾਜ ਉਹਦੇ ਕੋਲ ਭਾਵੇਂ ਜਿੰਨੇ ਮਰਜ਼ੀ ਗਹਿਣੇ ਹੋਣ ਜਿੰਨਾ ਮਰਜ਼ੀ ਧਨ ਹੋਵੇ ਉਹਦੇ ਪਰਿਵਾਰ ਦੇ ਵਿੱਚ ਉਹਨੂੰ ਸਾਰੇ ਪਿਆਰ ਕਰਦੇ ਹੋਣ ਸੱਸ ਸਹੁਰਾ ਦੇਵਰ ਜੇਠ ਨਨਾਣਾ ਜੇਕਰ ਪਤੀ ਨਾਲ ਨਹੀਂ ਨਾ ਬਣਦੀ ਤਾਂ ਸਾਰਾ ਕੁਝ ਵਿਕਾਰ ਹੈ ਇਹੀ ਗੱਲ ਮਹਾਰਾਜ ਸਮਝਾਉਣਾ ਚਾਹੁੰਦੇ ਨੇ ਕਿ ਬਾਹਰਲੇ ਕਰਮ ਕਾਂਡ ਭਾਵੇਂ ਅਸੀਂ ਜਿੰਨੇ ਮਰਜ਼ੀ ਤੇ ਕਰਦੇ ਰਹੀਏ ਬਾਹਰਲੇ ਸ਼ਿੰਗਾਰ ਜਦ ਤੱਕ ਉਸ ਮਾਲਕ ਨਾਲ ਨਹੀਂ ਬਣੀ ਉਹ ਸਾਰੇ ਸ਼ਿੰਗਾਰ ਸਾਡੇ ਫਜ਼ੂਲ ਹੋ ਜਾਂਦੇ ਨੇ ਬਿਨ ਫਿਰ ਧਨ ਸ਼ਿੰਗਾਰੀ ਹੈ ਪਤੀ ਤੋਂ ਬਿਨਾਂ ਜੋ ਇਸਤਰੀ ਸ਼ਿੰਗਾਰ ਕਰਦੀ ਹੈ ਇਹ ਜੀਵਾਤਮਾ ਇਹ ਸਰੀਰ ਦਾ ਇਸ ਦੇਹੀ ਦਾ ਅਸੀਂ ਸ਼ਿੰਗਾਰ ਕਰਦੇ ਹਾਂ ਜੋਬਨ ਬਾਦ ਖੁਆਰ ਇਹ ਜੋਬਨ ਬਾਦ ਫਜ਼ੂਲ ਖੁਆਰ ਖਜਲ ਖੁਆਰੀ ਹੋਰ ਕੁਝ ਵੀ ਨਹੀਂ ਇਹ ਭਾਵ ਇਹ ਉਮਰ ਸਾਡੀ ਫਿਰ ਫਜ਼ੂਲ ਨਿਕਲ ਗਈ ਨਾ ਮਾਣੇ ਸੁਖ ਸੇਜੜੀ ਬਿਨ ਫਿਰ ਬਾਦ ਸ਼ਿੰਗਾਰ ਜੇ ਉਸ ਸੇਜੜੀ ਦਾ ਉਸ ਮਾਲਕ ਨਾਲ ਅਸੀਂ ਮਿਲੇ ਹੀ ਨਹੀਂ ਕਦੇ ਆਨੰਦ ਮਾਣਿਆ ਹੀ ਉਸਦਾ ਤੇ ਪਾਤਸ਼ਾਹ ਨੇ ਬਾਹਰਲਾ ਕੀਤਾ ਹੋਇਆ ਸ਼ਿੰਗਾਰ ਬਾਹਰਲਾ ਪਖਾਵਾ
ਜੋ ਭੇਤ ਕੀਤਾ ਹੋਇਆ ਇਹ ਸਾਰਾ ਹੀ ਫਜ਼ੂਲ ਹੈ। ਦੂਕ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ, ਜਿਹੜੀਆਂ ਦੁਹਾਗਣਾਂ ਨੇ ਭਾਵ ਮਨਮੁੱਖ ਨੇ ਉਹਨਾਂ ਦੇ ਪੱਲੇ ਪਰ ਦੁੱਖ ਹੀ ਦੁੱਖ ਹੈ। ਨਾ ਘਰ ਸੇਜ ਪਧਾਰ, ਕਿਉਂਕਿ ਉਹਨਾਂ ਦੇ ਨਾ ਘਰ ਦੁਆਰਾ ਕੋਈ ਪੱਲੇ ਹੈ, ਨਾ ਪਧਾਰ ਸੇਜ ਤੇ ਆਇਆ ਕਦੇ, ਭਾਵ ਹਿਰਦੇ ਅੰਦਰ ਸੁੱਖ ਕਦੇ ਪੈਦਾ ਹੀ ਨਹੀਂ ਹੋਇਆ। ਜਿਸ ਸੁੱਖ ਦੀ ਪ੍ਰਾਪਤੀ ਲਈ ਉਹ ਇੰਨਾ ਕੁਝ ਕਰਦਾ ਰਿਹਾ ਪਰ ਉਹ ਸੁੱਖ ਪੈਦਾ ਨਾ ਹੋਇਆ, ਕਿਉਂਕਿ ਉਹ ਮਨਮੁੱਖ ਰਿਹਾ, ਦੁਹਾਗਣਾ ਰਿਹਾ, ਛੁੱਟਿਆ ਰਿਹਾ। ਮਨ ਰੇ ਰਾਮ ਜਪੋ ਸੁੱਖ ਹੋਏ, ਦੁਨੀਆਂ ਤੇ ਹਰ ਮਨੁੱਖ ਸੁੱਖ ਚਾਹੁੰਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਰੇ ਐ ਮਨਾ, ਪਰਮਾਤਮਾ ਨਾਮ ਜਪਣਾ ਕਰ, ਸੁੱਖ ਹੋਏ ਤੈਨੂੰ ਸਦੀਵੀ ਸੁੱਖ ਹੋ ਜਾਏਗਾ। ਖੱਖੇ ਤਲੇ ਮਹਾਰਾਜ ਨੇ ਅੰਪੜ ਲਾਇਆ ਇਸੇ ਕਰਕੇ, ਸੁੱਖ ਸਦੀਵੀ ਸੁੱਖ, ਮਿਲਾਪ ਵਾਲਾ ਸੁੱਖ। ਬਿਨ ਗੁਰ ਪ੍ਰੇਮ ਨਾ ਪਾਈਐ, ਸ਼ਬਦ ਮਿਲੈ ਰੰਗ ਹੋਏ। ਬਿਨ ਗੁਰ, ਗੁਰੂ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਇਹ ਪ੍ਰੇਮ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਪ੍ਰੇਮ ਦੇਣਾ ਸਿਖਾਉਂਦਾ, ਲੈਣਾ ਨਹੀਂ ਸਿਖਾਉਂਦਾ। ਬਸ ਜਦੋਂ ਆਪਣੇ ਆਪ ਨੂੰ ਸਮਰਪਿਤ ਕਰਨਾ ਸਿੱਖ ਗਿਆ ਇਨਸਾਨ ਉਸ ਮਾਲਕ ਨੂੰ, ਫਿਰ ਉਸ ਤੋਂ ਬਿਨਾਂ ਸੁੱਖ ਨਹੀਂ ਹੋ ਸਕਦਾ। ਬਿਨ ਗੁਰ ਪ੍ਰੇਮ ਨਾ ਪਾਈਐ, ਸ਼ਬਦ ਮਿਲੈ ਰੰਗ ਹੋਏ। ਗੁਰੂ ਦੇ ਸ਼ਬਦ ਦੁਆਰਾ ਇਹ ਉਸ ਮਾਲਕ ਨੂੰ ਮਿਲੇਗਾ, ਰੰਗ ਹੋਏ ਇਹਨੂੰ ਪ੍ਰੇਮ ਹੋ ਜਾਏਗਾ, ਉਸ ਨਾਮ ਦਾ ਰੰਗ ਇਹਨੂੰ ਚੜ੍ਹ ਜਾਏਗਾ। ਮਹਾਰਾਜ ਤਰੀਕਾ ਦੱਸਦੇ ਪਏ, ਰਹੋ ਗੁਰ ਸੇਵਾ ਸੁੱਖ ਪਾਈਐ, ਹਰ ਵਰਸੈ ਸ਼ਿੰਗਾਰ। ਗੁਰੂ ਦੀ ਸੇਵਾ ਵਿੱਚ ਸੁੱਖ ਹੈ, ਹਰ ਵਰਸੈ ਸ਼ਿੰਗਾਰ। ਤੇ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਸਹਿਜ ਦੀ ਅਵਸਥਾ ਜਿਹੜੀ ਹੈ ਨਾ, ਇਹਦਾ ਜਦੋਂ ਸ਼ਿੰਗਾਰ ਕਰਦੇ ਹਾਂ ਅਸੀਂ, ਸਹਿਜ ਵਿੱਚ ਟਿਕਾਓ ਵਿੱਚ ਉਸ ਮਾਰਗ ਨੂੰ ਸਿਮਰਦੇ ਹਾਂ, ਤਾਂ ਉਹ ਪਰਮਾਤਮਾ ਪਤੀ ਤੇ ਮਿਲਦਾ, ਉਦੋਂ ਮਿਲਦਾ ਮਨ ਟਿਕਿਆ ਹੋਇਆ। ਸੱਚ ਮਾਣੇ ਫਿਰ ਸੇ ਜਿਹੜੀ ਗੂੜਾ ਹੇਤ ਪਿਆਰ, ਇਹ ਫਿਰ ਸੇਜੜੀ ਤੋਂ ਭਾਵ ਹੈ ਹਿਰਦੇ ਰੂਪੀ ਸੇਜ, ਉਸ ਸੱਚ ਨੂੰ ਮੰਨਦੀ ਪੂਰੀ ਤਰ੍ਹਾਂ, ਕਿਉਂਕਿ ਉਹਦਾ ਪਿਆਰ ਗੂੜਾ ਹੈ ਉਹਦੇ ਨਾਲ, ਉਸ ਮਾਰਗ ਨਾਲ ਗੂੜਾ ਹੇਤ ਪਿਆਰ। ਗੂੜੇ ਤੋਂ ਭਾਵ ਹੈ ਉਹਦੇ ਨਾਮ ਵਿੱਚ ਰੰਗਿਆ ਹੋਇਆ, ਗੁਰੂੰਦ ਹੋਇਆ ਹੋਇਆ। ਗੁਰਮੁਖ ਜਾਣ ਸਿਝਾਣੀ ਹੈ, ਗੁਰਮੇਲੀ ਗੁਣ ਚਾਰ। ਗੁਰੂ ਦੁਆਰਾ ਜਾਣਿਆ ਤੇ ਸਿਝਾਣਿਆ ਗਿਆ, ਜਾਣ ਪਛਾਣ ਸਿਝਾਉਣਾ, ਪਛਾਣ ਲਿਆ, ਪਛਾਣ ਹੋ ਗਈ ਸਾਨੂੰ ਕਿ ਸਾਡੇ ਪਰਮਾਤਮਾ ਦੇ ਗੁਣ ਕਿਹੜੇ ਕਿਹੜੇ ਨੇ ਅੰਦਰ, ਉਸ ਮਾਲਕ ਨੇ ਉਹ ਗੁਣ ਸਾਨੂੰ ਦਿੱਤੇ ਹੋਏ ਨੇ ਐਸੀ ਗੱਲ ਕਿ ਨਹੀਂ। ਸਾਡੀ ਜਾਣ ਪਛਾਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਇਹਨਾਂ ਨਾਲ ਜ਼ਿਆਦੇ ਹੈ, ਇਹਨਾਂ ਨੂੰ ਅਸੀਂ ਛੇਤੀ ਪਛਾਣ ਲੈਂਦੇ ਹਾਂ ਤੇ ਗੁਣਾਂ ਨੂੰ ਅਸੀਂ ਜਲਦੀ ਨਹੀਂ ਪਛਾਣਦੇ। ਅਸੀਂ ਕਿਸੇ ਦੇ ਅੰਦਰੋਂ ਜਦੋਂ ਗੁਣ ਵੇਖਣੇ ਹੋਣ ਨਾ ਤਾਂ ਸਾਨੂੰ ਐਨਕਾਂ ਲਾਉਣੀਆਂ ਪੈਂਦੀਆਂ, ਤੇ ਜਦੋਂ ਕਿਸੇ ਦੇ ਔਗਣ ਵੇਖੇ ਹੋਣ ਫਿਰ ਬਿਨਾਂ ਐਨਕਾਂ ਤੋਂ ਸਭ ਕੁਝ ਦੱਸੀ ਜਾਂਦੇ ਹਾਂ। ਕਿਉਂ? ਸਾਡੀ ਸਾਂਝ ਔਗਣਾਂ ਨਾਲ, ਕਿਉਂਕਿ ਇੰਨੇ ਚਿਰ ਤੋਂ ਸਾਡਾ ਵਾਹ ਹੈ ਉਹਨਾਂ ਨਾਲ। ਇੱਥੇ ਮਗਰ ਗੁਰੂ ਦੁਆਰਾ ਗੁਰੂ ਵਾਲਾ ਬਣ ਕੇ ਗੁਰਮੁਖ ਜਾਣ ਸਿਝਾਣੀ ਹੈ, ਗੁਰਮੇਲੀ ਗੁਣ ਚਾਰ। ਤੇ ਗੁਰੂ ਨੇ ਬੜੀ ਕਿਰਪਾ ਕੀਤੀ, ਸਾਨੂੰ ਰਹਿਣੀ ਬਹਿਣੀ ਸਿਖਾ ਦਿੱਤਾ, ਚੱਜ ਚਾਰ ਸਿਖਾ ਦਿੱਤਾ ਕਿ ਕਿਵੇਂ ਰਹਿਣਾ, ਕਿਵੇਂ ਸੰਸਾਰ ਵਿੱਚ ਜੁੜਨਾ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹੋਏ ਆਪਣੇ ਜੀਵਨ ਦੀ ਜਾਂਚ ਨੂੰ ਕਿਵੇਂ ਰੱਖਣਾ। ਸੱਚ ਮਿਲੋ ਵਰ ਪਾਵ ਕਾਮਣੀ, ਫਿਰ ਮੋਹੀ ਰੰਗ ਲਾਏ। ਸੱਚ ਮਿਲੋ, ਸੱਚ ਦੁਆਰਾ ਇਹ ਜੀਵ ਇਸਤਰੀ ਉਸ ਮਾਲਕ ਨੂੰ ਜੇ ਵਰਨਾ ਚਾਹੁੰਦੀ ਹੈ
ਜੇ ਉਹਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਸੱਚ ਦੁਆਰਾ ਸਚਿਆਰ ਜੀਵਨ, ਕਿਉਂਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਸਪਸ਼ਟ ਕਰਦੇ ਨੇ ਕਿ ਸਚਿਆਰਾ ਕੋਈ ਹੈ ਕਿ ਵਿਕੂੜਾ ਟੁੱਟੈ ਪਾਲ, ਇਹ ਕੂੜ ਦੀ ਕੰਧ ਕਿਵੇਂ ਟੁੱਟੇ ਸਾਡੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਹੁਕਮ ਤੇ ਰਜ਼ਾ ਵਿੱਚ ਰਹਿ ਕੇ ਜਦੋਂ ਉਸ ਮਾਲਕ ਨਾਲ ਜੁੜੇ ਇਹ ਕਾਮਣੀ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੇ, ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੇ।